ਵਾਹਿਗੁਰੂ ਜੀ ਸਾਡੇ ਦੇਸੀ ਮੁਖਿਆੜ ਲੱਗਿਆ ਹੋਇਆ ਸੀ ਅਤੇ ਆੜੂ ਦੇ ਉੱਪਰ ਉਹ ਆਪਣਾ ਛੱਤਾ ਛੱਡ ਕੇ ਇਹ ਜਾ ਰਿਹਾ ਇਹ ਦੇਖੋ ਅਤੇ ਹੁਣ ਆਪਾਂ ਉਹਨੂੰ ਛੱਤੇ ਨੂੰ ਚੋਵਾਂਗੇ ਵਾਹਿਗੁਰੂ ਜੀ ਆਹ ਸੀ ਮੁਖਿਆੜ ਲੱਗਿਆ ਹੋਇਆ ਆਪਣੇ ਆਪ ਹੀ ਇਹ ਇੱਥੋਂ ਚਲਿਆ ਗਿਆ ਇਹ ਦੇਖੋ ਦੇਸੀ ਮੱਖੀਆਂ ਸੀਗੀਆਂ ਦੇਸੀ ਮੁਖਿਆੜ ਉਹ ਦੱਸੋ ਨਹੀਂ ਚੋਣਾ ਪਿਛਲੀ ਵਾਰ ਸਾਨੂੰ ਇਸ ਤੋਂ ਵੀ ਵੱਡਾ ਤੋੜਿਆ ਸੀ ਵੱਡਾ ਭਾਂਡਾ ਲੈਣਾ ਉਹ ਕਿੰਨਾ ਸ਼ਹਿਰ ਨਿਕਲਿਆ ਇਹ ਦੇਖੋ ਪੱਤੇ ਜੇ ਅੱਗੇ ਆ ਰਹੇ ਨੇ ਵਾਹ ਦੇਸੀ ਛੱਡ ਗਿਆ ਆਪਣੇ ਪਾਸੇ ਪਰ ਘਰ ਹੱਥ ਪ੍ਰਤੀਕ ਕਿੰਨਾ ਸ਼ਹਿਦ ਹੈ ਪਤਾ ਕਰਨ ਦੇਖੋ ਵਾਹਿਗੁਰੂ ਜੀ ਇਹ ਦੇਖੋ ਬਹੁਤ ਸ਼ਹਿਦ ਛੱਡ ਕੇ ਗਈਆਂ ਨੇ ਇਹ ਪਿੰਡਾਂ 'ਚ ਐਵੇਂ ਦੇਸੀ ਸ਼ਹਿਦ ਚੋ ਲੈਂਦੇ ਆ ਕੋਲੀ ਭਰ ਗਈ ਇੱਕ ਥੋੜ੍ਹੇ ਜਿਹੇ ਟਾਈਮ 'ਤੇ ਹੀ ਲੱਗਿਆ ਸੀ ਇਹਨਾਂ ਨੂੰ ਆਪ ਭਜਾਉਣ ਦੀ ਜਾਂ ਉਠਾਉਣ ਦੀ ਲੋੜ ਨਹੀਂ ਪੈਂਦੀ ਮੱਖੀਆਂ ਨੂੰ ਆਪਣੇ ਆਪ ਹੀ ਚੱਲੀਆਂ ਜਾਂਦੀਆਂ ਨੇ ਇਹੋ ਜਿਹਾ ਜਾਣਾ ਹੁੰਦਾ ਅਤੇ ਤੰਗ ਵੀ ਨਹੀਂ ਕਰਦੀਆਂ ਬਹੁਤਾ ਕਿਸੇ ਦੇ ਲੜਦੀਆਂ ਇੰਨਾ ਮਿੱਠਾ ਸ਼ਹਿਰ ਕੋਲੀ ਭਰ ਗਈ ਬਿਲਕੁਲ ਪਿਓਰ ਦੇਸੀ ਹੈ ਉਹਨੂੰ ਵਾਹ ਵਾਹ ਥੈਂਕ ਯੂ ਪੁਣ ਲਾਂਗੇ ਇਹਨੂੰ ਅੱਛਾ ਚਲੋ ਸਾਰਾ ਝੂਠਾ ਨਾ ਕਰਿਓ ਹੁਣ ਲੈ ਜਾਓ ਕੋਲੀ ਰਸੋਈ 'ਚ ਫਿਰ ਪੁਣਦੇ ਹਾਂ ਰਸੋਈ 'ਚ ਰੱਖਦੇ ਢੱਕ ਕੇ ਪੁਣਦੇ ਹਾਂ ਕੀੜੀਆਂ ਨਾ ਲੱਗ ਜਾਣ ਦੇਸੀ ਦਾ ਬਹੁਤ ਵਧੀਆ ਹੁੰਦੀ ਆਪ ਹੀ ਚਲੀ ਗਈਆਂ ਉੱਠ ਕੇ ਪਤਾ ਨਹੀਂ ਧੁੱਪ ਲੱਗਦੀ ਸੀ ਉਹਨਾਂ ਨੂੰ ਧੁੱਪ ਲੱਗ ਦੇਖੀ ਸਾਫ ਹੈ ਦੱਬਾ ਬਣਾ ਦੱਬਾ ਬਸ ਦੱਬਣ ਦੀ ਕੀ ਲੋੜ ਹੈ ਅਸੀਂ ਛੱਡ ਦਿਓ ਆਪ ਹੀ ਨਿਕਲ ਹੀ ਜਾਊਗਾ ਵਿੱਚ ਛੱਡੋ ਹੇਠਾਂ ਤਾਂ ਨਹੀਂ ਲੱਗ ਰਹੀ ਲੱਗ ਰਹੀ ਫਿਰ ਹੋਰ ਕੋਲੀ ਲੈ ਲਓ ਫਿਰ ਜੇ ਹੇਠਾਂ ਲੱਗ ਗਈ ਫਿਰ ਤਾਂ ਥੋੜ੍ਹਾ ਨਿਚੜੂਗਾ ਲੱਗ ਜੂ ਉਹਦੇ 'ਚ ਰੱਖ ਦਿੰਦੇ ਫਿਰ ਪਾਉਣ ਲੱਗ ਜਾਂਦੇ ਛੇਤੀ ਪਾਉਣ ਠੀਕ ਉਹਦੇ ਉੱਪਰ ਰੱਖ ਲਿਆ ਠੀਕ ਹੈ ਇਹ ਵੀ ਤਾਂ ਫਿਰ ਉਹ ਗਿੱਲੀ ਲੈ ਗਿਆ ਹੋਣਾ ਚੱਕ ਕੇ ਨਾ ਪ੍ਰਤੀਕ ਮੁੱਲ ਦੇ ਤਾਂ ਚੀਨੀ ਦੇ ਬਣਾ ਕੇ ਦੇ ਦਿੰਦੇ ਨੇ ਸੀਸੀ ਲਿਆਓ ਪਾਵਾਂ ਲਿਆਓ ਬਸ ਬਸ ਭਰ ਗਿਆ ਇਹ ਲੋ ਵਾਹਿਗੁਰੂ ਜੀ ਬਿਲਕੁਲ ਤਾਜ਼ਾ ਫਰੈਸ਼ ਦੇਸੀ ਦੇਸੀ ਸਿਹਤ
ਇਹ ਦੇਸੀ ਮੱਖੀਆਂ ਦਾ ਦੇਸੀ ਸ਼ਹਿਦ ਹੈ ਜੀ, ਮਿਲਦਾ ਨਹੀਂ ਦੇਸੀ। ਅੱਗੇ ਵੀ ਐਵੇਂ ਸਾਡੇ ਇੱਥੇ ਆ ਕੇ ਲੱਗ ਜਾਂਦੀਆਂ ਨੇ, ਆਪ ਹੀ ਚਲੀਆਂ ਜਾਂਦੀਆਂ ਨੇ ਉੱਠ ਕੇ। ਅਸੀਂ ਤਾਂ ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਉਹ ਸਾਨੂੰ ਕੁਛ ਨਹੀਂ ਕਹਿੰਦੀਆਂ। ਇਹ 'ਚ ਵੀ ਲਸਣ ਲਾਉਣੇ? ਵਾਹਿਗੁਰੂ ਜੀ, ਇੱਧਰ ਇਹ ਸਾਰੇ ਲਸਣ ਲਾ ਤਾ। ਬਸ ਲੱਗ ਲਿਆ, ਬਸ ਉਹ ਜੇ ਥੋੜਾ ਰਹਿ ਲਾ ਲਾ ਲਸਣ, ਬਾਕੀ ਲਸਣ ਲਾ ਦੋ ਲੱਗ ਗਏ, ਤਿੰਨ ਜਕੇ ਲੱਗ ਗਏ। ਦੋ ਕਿਆਰੀਆਂ ਲੱਗ ਗਈਆਂ ਲਾਸਟ ਹੈ ਉਹ? ਹਾਂ ਉਹ ਆਖਰੀ ਹੈ, ਪੰਜ ਲੱਗ ਗਏ, ਪੰਜ ਕਿਆਰੇ, ਇੱਕ ਦੋ ਤਿੰਨ ਚਾਰ ਪੰਜ ਲੱਗ ਗਏ। ਇਹ ਹੈਗੀ ਲਸਣ, ਉਹ ਉੱਧਰ ਲਾਇਆ ਪਾਲਕ ਲਾਤਾ? ਹਾਂ ਲਾਤਾ। ਉੱਧਰ ਠੀਕ ਹੈ ਵਾਹਿਗੁਰੂ ਜੀ, ਅਸੀਂ ਰਸੋਈ ਦਾ ਕੰਮ ਕਰ ਰਹੇ ਸੀ, ਉੱਧਰ ਇੱਧਰ ਇਹਨਾਂ ਨੇ ਲਸਣ ਅਤੇ ਪਾਲਕ ਲਾ ਤਾ, ਹੁਣ ਮੂਲੀਆਂ ਲਾਉਣ ਲੱਗਦੇ ਨੇ। ਉੱਧਰ ਲਾਇਆ ਮੈਂ, ਠੀਕ ਹੈ ਜੀ। ਵਾਹਿਗੁਰੂ ਜੀ, ਇਹ ਐਵੇਂ ਲਾਇਆ ਜਾਂਦਾ ਕਿਆਰੀਆਂ ਬਣਾ ਕੇ, ਚਾਰ ਚਾਰ ਪੰਜ ਪੰਜ ਉਂਗਲ ਦੀ ਸਪੇਸ ਛੱਡ ਕੇ ਐਵੇਂ ਇੱਕ ਇੱਕ ਬੀਜ ਲਗਾਇਆ ਹੈ। ਫਿਰ ਪਾਣੀ ਕਰ ਦੇਣਾ ਇਹਨੂੰ, ਬੀਜਣ ਤੋਂ ਬਾਅਦ ਫਿਰ ਪਾਣੀ ਲਾਵਾਂਗੇ ਜੀ। ਠੀਕ ਹੈ ਜੀ, ਲਓ ਵਾਹਿਗੁਰੂ ਜੀ ਪਾਣੀ ਲਾਤਾ, ਵੱਟਾਂ ਪਾ ਕੇ ਕਿਆਰੀਆਂ ਦੇ ਵਿੱਚ। ਇੱਧਰ ਇਹ ਛੋਟੀ ਜਿਹੀ ਕਿਆਰੀ ਇਹਨਾਂ ਨੇ ਬਣਾਈ ਹੈ ਬੱਚਿਆਂ ਨੇ, ਪ੍ਰਤੀਕ ਗੱਦਾ ਲੱਗਿਆ ਪਿਆ ਸੀ। ਗੁੰਨੂ ਵੀ ਆ ਗਿਆ ਫਿਰ ਕਲਾਸ ਲਾ ਕੇ, ਹੁਣ ਦੋ ਹੀ ਕਰ ਰਹੇ ਨੇ। ਵਾਹਿਗੁਰੂ ਜੀ, ਇਹ ਹੋਰ ਜਗ੍ਹਾ ਵੀ ਤਿਆਰ ਕਰੀਏ ਸਬਜ਼ੀ ਲਾਉਣ ਨੂੰ, ਦੁਪਹਿਰ ਤੋਂ ਸ਼ਾਮ ਹੋ ਗਈ। ਦੁਪਹਿਰੇ ਇੱਥੇ ਇਹ ਆੜੂ ਦੇ ਵਿੱਚ ਉਹ ਲੱਗਿਆ ਹੋਇਆ ਸੀ ਮਖਾਲ ਜਿਹੜਾ ਚੋਇਆ ਸੀ, ਅਤੇ ਇਹ ਢਕੇ ਹੋਏ ਮੇਥੇ ਨੇ, ਫਿਰ ਇਹ ਛੇਤੀ ਜੰਮ ਜਾਂਦੇ ਨੇ। ਅਤੇ ਉੱਧਰ ਮੱਝਾਂ ਪਾਣੀ ਪੀ ਰਹੀਆਂ ਨੇ ਸ਼ਾਮ ਦੇ ਟਾਈਮ। ਇਹ ਅੰਦਰੋਂ ਬਾਹਰ ਕੱਢੀਆਂ ਨੇ, ਵਾਹਿਗੁਰੂ ਜੀ। ਇਹ ਇੱਧਰ ਮੰਮੀ ਮੰਜਾ ਬੁਣਨ ਲੱਗਦੇ ਨੇ, ਮੰਜਾ ਟੁੱਟ ਗਿਆ ਸੀ ਜਿੱਥੋਂ ਦੀਦੀ ਗਿਰ ਗਈ ਸੀ। ਬਾਹਰ ਹਵਾ ਚੱਲਦੀ ਹੈ ਮੰਮੀ, ਬੁਲਾਉਣੀ ਸਰਦਾਰ ਜੀ ਆਏ ਹੋ, ਮੰਮੀ ਬੁਲਾ ਰਹੇ ਨੇ।
ਪਹਿਲਾਂ ਇਹਨੂੰ ਐਵੇਂ ਤਣ ਲੈਣਾ ਸਾਰੇ ਨੂੰ, ਇੱਕ ਇੱਕ ਰੱਸੀ ਪਾ ਕੇ ਦੋਈ ਸਾਈਡ ਤੋਂ, ਫਿਰ ਉਸ ਤੋਂ ਬਾਅਦ ਬੁਣਨਾ ਸਟਾਰਟ ਕਰਨਾ। ਮੰਜੇ ਦਾ ਹੀ ਹੈ ਇਹ ਪੂਰੇ ਦਾ, ਉਹ ਹੋਰ ਹੈਗੇ ਨੇ ਇਹਦੇ ਨਾਲ ਦੇ। ਬਾਣ ਤਾਂ ਠੀਕ ਸੀ, ਮੰਜਾ ਜਿਹੜਾ ਟੁੱਟਿਆ, ਲੱਕੜ ਟੁੱਟ ਗਈ, ਲੱਕੜ ਦਾ ਸੀ ਉਹ, ਇਹ ਹੁਣ ਲੋਹੇ ਦਾ। ਮੰਮੀ ਜੇ ਦੌਣ ਨਾ ਕਰਦੇ ਫਿਰ ਨਹੀਂ ਬਣਦਾ, ਬਿਨਾਂ ਦੌਣ ਤੋਂ। ਬਿਨਾਂ ਦੌੜ ਤੋਂ ਨਹੀਂ ਬਣਦਾ, ਬਣ ਜਾਂਦਾ ਵੈਸੇ ਬਿਨਾਂ ਦੌੜ ਤੋਂ, ਫਿਰ ਬਣਾ ਦਿਓ ਬਿਨਾਂ ਦੌੜ ਤੋਂ। ਬਿਨਾਂ ਦੌਣ ਵਾਲਾ ਜ਼ਿਆਦਾ ਵਧੀਆ ਲੱਗਦਾ। ਆਹ ਮੰਜੀ ਵੀ ਤਾਂ ਹੁਣ ਐਨ ਪੂਰੀ ਸੋਹਣੀ ਹੈ, ਟਾਈਟ ਆਪਣੇ ਪਿੰਡ 'ਚ ਬਣਾਇਆ ਮੰਜਾ। ਚਲੋ ਠੀਕ ਹੈ ਜੀ, ਐਵੇਂ ਸਾਰਾ ਤਣ ਲਾਂਗੇ ਨਾ, ਉਹ ਤਾਂ ਐਵੇਂ ਐਵੇਂ ਚੱਕ ਕੇ ਜੇ ਨਹੀਂ ਪੈਂਦੇ ਡਿਜ਼ਾਇਨ ਜਾ। ਅੱਛਾ, ਮੈਂ ਕਿਤੇ ਪਹਿਲਾਂ ਸਾਰਾ ਤਣੋਗੇ। ਅੱਛਾ ਅੱਛਾ, ਠੀਕ ਹੈ ਜੀ। ਹੁਣ ਆਪਾਂ ਬੁਲਾਈਏ ਫਤਿਹ, ਫਿਰ ਤੁਹਾਨੂੰ ਤਿਆਰ ਹੋਇਆ ਦਿਖਾਵਾਂਗੇ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।